ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬੀ ਵਿਆਕਰਨ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ ਦਾ ਪਾਰਟ 9 ਹਾਂਜੀ ਬਹੁਤ ਸਾਰੇ ਸਟੂਡੈਂਟ ਕਮੈਂਟ ਕਰ ਰਹੇ ਸੀ ਕਿ ਵੀਡੀਓ ਜਲਦੀ ਕਿਉਂ ਨਹੀਂ ਬਣ ਰਹੀਆਂ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਜੋ MCQ ਕਰਦੇ ਹਾਂ ਬਹੁਤ ਜ਼ਿਆਦਾ ਇੰਪੋਰਟੈਂਟ MCQ ਹੀ ਲੈ ਜਾਂਦੇ ਆ ਜਿਸ ਤਰ੍ਹਾਂ ਦੇ ਐਗਜ਼ਾਮ ਦੇ ਵਿੱਚ ਆਉਂਦੇ ਨੇ ਠੀਕ ਹੈ ਤੇ ਇਸ ਤਰ੍ਹਾਂ ਦੇ MCQ ਇਕੱਠੇ ਕਰਨ ਦੇ ਲਈ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਨੋਟਸ ਬਣਾਉਣ ਦੇ ਲਈ ਵੈਸੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਡੇਲੀ ਤੁਹਾਨੂੰ ਲੈਕਚਰ ਦਵਾਂ ਜੋ ਮੈਂ ਟੌਪਿਕ ਸ਼ੁਰੂ ਕੀਤੇ ਹੋਏ ਆ ਪਰ ਫਿਰ ਵੀ ਟਾਈਮ ਲੱਗ ਜਾਂਦਾ ਉਸ ਵਜ੍ਹਾ ਕਰਕੇ 1-2 ਦਿਨ ਲੇਟ ਹੋ ਜਾਂਦਾ ਕੁਝ ਹੈਲਥ ਇਸ਼ੂਜ਼ ਕਰਕੇ ਤੋੜੀਆਂ ਵੀਡੀਓਜ਼ ਲੇਟ ਜ਼ਰੂਰ ਹੋਈਆਂ ਨੇ ਪਰ ਹੁਣ ਤੁਹਾਨੂੰ ਟਾਈਮ ਤੇ ਹੀ ਮਿਲਣਗੀਆਂ ਹਾਂਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਸੰਬੰਧਕ ਯੂਜ਼ ਕੋ ਵਾਲਾ ਜੋ ਅਸੀਂ ਟੌਪਿਕ ਸ਼ੁਰੂ ਕੀਤਾ ਹੋਇਆ ਸੀ ਇਸ ਦਾ ਕਰ ਲਾਸਟ ਲੈਕਚਰ ਹੋਵੇਗਾ ਠੀਕ ਹੈ ਟੋਟਲ ਇਸ ਦੇ 10 ਪਾਰਟ ਬਣਨਗੇ ਜਿਸ ਦੇ ਵਿੱਚੋਂ ਅਸੀਂ 9 ਪਾਰਟ ਕੰਪਲੀਟ ਕਰ ਲਈ ਨੇ ਤੇ ਇਸ ਦੇ ਨੈਕਸਟ ਪਾਰਟ ਦੇ ਵਿੱਚ ਅਸੀਂ ਕਰਾਂਗੇ ਮਤਲਬ ਕਿ ਪਾਰਟ 11 ਦੇ ਵਿੱਚ ਅਸੀਂ ਕਰਾਂਗੇ ਭਾਸ਼ਾ ਪੰਜਾਬੀ ਭਾਸ਼ਾ ਲਿਪੀ ਗੁਰਮੁਖੀ ਲਿਪੀ ਮੁਹਾਵਰੀ ਠੀਕ ਹੈ ਇਸ ਤਰ੍ਹਾਂ ਨੇ ਸਾਰੇ ਟੌਪਿਕ ਡਿਸਕਸ ਕਰਾਂਗੇ ਇਹ ਟੌਪਿਕ ਜਿਹੜੇ ਥੋੜੇ ਟਫ ਸੀ ਤੇ ਥੋੜੇ ਬੋਰਿੰਗ ਲੱਗ ਸਕਦੇ ਸੀ ਤੁਹਾਨੂੰ ਇਹ ਸਾਡੇ ਜਿਹੜੇ ਟਾਪਿਕ ਆ ਇੰਪੋਰਟੈਂਟ ਬਹੁਤ ਜ਼ਿਆਦਾ ਸੀ ਠੀਕ ਹੈ ਇਸ ਕਰਕੇ ਕਵਰ ਕਰਵਾਉਣੇ ਜ਼ਰੂਰੀ ਸੀ ਤੇ ਹੁਣ ਤਾਂ ਫਿਰ ਵੈਸੇ ਵੀ ਤੁਹਾਡਾ ਬੇਸਿਕ ਆ ਜੋ ਸਟਾਰਟ ਹੀ ਹੋਇਆ ਸੀਗਾ ਤੇ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਵੀਡੀਓ ਦੇ एग्जाम ਦੀ ਤਿਆਰੀ ਕਰ ਰਹੇ ਨੇ ਇਸ ਤੋਂ ਇਲਾਵਾ ਟੈਕਸ ਇਨਸਪੈਕਟਰ ਤੇ ਹੋਰ ਜਿਹੜੀਆਂ ਪੋਸਟਾਂ ਨੇ ਜਿਵੇਂ ਪੀ ਟ੍ਰਿਪਲ ਪਲਸ ਵੀ ਕਲਰਕ ਤੁਸੀਂ ਦੇਖ ਸਕਦੇ ਹੋ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਤੁਹਾਡਾ ਸਿਲੇਬਸ অলਮੋਸਟ ਸਭ ਦਾ ਸੇਮ ਆ ਪਰ ਪੀ ਟ੍ਰਿਪਲ ਪਲਸ ਵੀ ਬੋਰਡ ਨੇ ਇਹ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਤੁਹਾਡੇ ਪੇਪਰ ਦੇ ਪੈਟਰਨ ਦੇ ਵਿੱਚ ਇਹ ਟੌਪਿਕ ਮੇਨ ਲਈ ਜਾ ਸਕਦੇ ਆ ਪਰ ਜ਼ਰੂਰੀ ਨਹੀਂ ਕਿ ਸਾਰਾ ਪੇਪਰ ਇੰਨਾਂ ਦੇ ਵਿੱਚੋਂ ਹੀ ਆਵੇ ਜਦੋਂ ਸਾਨੂੰ ਉਹਨਾਂ ਨੇ ਲਿਖਤਾ ਹੈ ਕਿ ਪੰਜਾਬੀ ਗ੍ਰਾਮਰ ਮਤਲਬ ਪੰਜਾਬੀ ਗ੍ਰਾਮਰ ਦੇ ਵਿੱਚੋਂ ਕਿਤੋਂ ਵੀ ਕੁਝ ਵੀ ਆ ਸਕਦਾ ਵਾ ਠੀਕ ਹੈ ਤੇ ਪੀ ਟ੍ਰਿਪਲ ਐਸ ਵੀ ਬੋਰਡ ਨੇ ਇਹ ਲਿਖਿਆ ਹੋਇਆ ਵਾ ਸਾਫ਼-ਸਾਫ਼ ਤੁਹਾਡੇ ਸਿਲੇਬਸ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਸ ਕਰਕੇ ਮੈਂ ਕਿਹਾ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਵੀ ਆ ਰਹੇ ਸੀ ਕਿ ਸੰਬੰਧਕ ਸਾਨੂੰ ਨਹੀਂਗਾ ਨਾਮ ਪੜਨਾਮ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਹੀ ਪੁੱਛੀਆਂ ਗਈਆਂ ਨੇ ਸਲੇਵਰਸ ਦੇ ਵਿੱਚ ਬਟ ਇਹ ਟਾਪਿਕ ਨਹੀਂ ਗਏ ਆਉਂਦੇ ਪੰਜਾਬੀ ਵਿਆਕਰਨ ਦੇ ਅੰਦਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੰਜਾਬੀ ਵਿਆਕਰਨ ਵੀ ਪੰਜਾਬੀ ਦੇ ਵਿੱਚੋਂ ਅਸੀਂ ਪੰਜਾਬੀ ਸਾਨੂੰ 15 ਨੰਬਰ ਦੇ ਆਉਣੇ ਆ ਫੋਰੈਸਟ ਗਾਰਡ ਦੇ ਵਿੱਚ ਅਸੀਂ 15 ਚੋਂ 14 ਨੰਬਰ ਲੈਣ ਵਾਲੀ ਕੋਈ ਗੱਲ ਨਹੀਂ ਕਰਨੀ ਅਸੀਂ 15 ਦੇ 15 ਨੰਬਰ ਹੀ ਲੈਣੇ ਆ ਤੇ ਉਹ 15 ਨੰਬਰ ਲੈਣ ਦੇ ਲਈ ਸਾਨੂੰ ਸਾਰੇ ਟਾਪਿਕ ਕਵਰ ਕਰਨੇ ਪੈਣੇ ਆ ਜਿਸ ਤਰ੍ਹਾਂ ਦੇ ਐਗਜ਼ਾਮ ਦੇ ਵਿੱਚ ਆਉਂਦੇ ਨੇ ਤੇ ਜੋ ਵੀ ਨੋਟਸ ਤਿਆਰ ਕੀਤੇ ਜਾਂਦੇ ਆ ਉਹ ਐਗਜ਼ਾਮ ਦੇ ਜੋ ਪੁਆਇੰਟ ਆਫ view ਨੂੰ एग्जाम ਦੇ ਪੁਆਇੰਟ ਆਫ view ਤੋਂ ਹੀ ਲੈ ਜਾਂਦੇ ਆ ਕਿ ਕਿਸ ਤਰ੍ਹਾਂ ਦੇ एग्जाम ਦੇ ਵਿੱਚ ਦਿਖਾਏ ਜਾਂਦੇ ਨੇ एग्जाम ਦੇ ਵਿੱਚ ਲਏ ਜਾਂਦੇ ਨੇ ਜਿਹੜੇ ਸਟੂਡੈਂਟਸ ਆਲਰੇਡੀ एग्जाम ਵਗੈਰਾ ਦੇ ਚੁੱਕੇ ਨੇ ਉਹਨਾਂ ਨੂੰ ਤਾਂ ਪਤਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ ਠੀਕ ਹੈ ਜੀ ਤੇ ਹਾਂ ਜੀ ਬਾਕੀ ਗੱਲਾਂ ਬਾਅਦ ਚ ਤਾਂ ਅੱਜ ਫਿਰ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਆਪਣੀ ਵੀਡੀਓ ਸਟਾਰਟ ਕਰਦੇ ਆ ਬਸ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਇਹ ਵੀਡੀਓ ਹੋ ਸਕਦਾ ਤੁਹਾਨੂੰ ਬੋਰਿੰਗ ਲੱਗਦੀ ਹੋਵੇ ਪਰ ਇਸ ਦੇ ਵਿੱਚੋਂ ਜੋ ਕੁਐਸਚਨ ਆਉ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਕੱਲ ਪਾਰਟ 10 ਮਤਲਬ ਅੱਜ ਤਾਂ ਅਸੀਂ ਪਾਰਟ 9 ਕਰਨ ਜਾ ਰਹੇ ਹਾਂ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਸੰਬੰਧਕ ਯੂਜਕ ਵਾਲੇ ਕੱਲ ਅਸੀਂ 10 ਪਾਰਟ ਹੋ ਜਾਣਗੇ ਸਾਡੇ ਜਿਸ ਦੇ ਵਿੱਚੋਂ ਅਸੀਂ ਨੌ ਟਾਪਿਕ ਕੰਪਲੀਟ ਕਰ ਲਈਆ ਠੀਕ ਹੈ ਜੀ ਤਾਂ ਹਾਂ ਜੀ ਅੱਜ ਦਾ ਸਾਡਾ ਕੁਐਸਚਨ ਨੰਬਰ 1 ਆ ਕੁਐਸਚਨ ਨੰਬਰ ਦੇਖੋ ਮੈਂ ਤੁਹਾਨੂੰ ਲਾਸਟ 125 ਤੱਕ ਕਰਵਾਏ ਸੀ ਤੇ ਹੁਣ ਮੈਂ 119 ਕਿਉਂ ਓਪਨ ਕੀਤਾ ਹੋਇਆ ਕਿਉਂਕਿ 125 ਤੱਕ ਅਸੀਂ ਜੋ ਲਾਸਟ ਕਰ ਰਹੇ ਸੀ ਨਾ ਉਹ ਸੰਬੰਧਕ ਦੇ ਨਾਲ ਰਿਲੇਟਿਡ ਸੀ ਤਾ ਅਸੰਬੰਧਕ ਦੀ ਡੈਫੀਨੇਸ਼ਨ ਦਿਖਾਉਣ ਦੇ ਲਈ ਮੈਂ ਇੱਥੋਂ ਸਟਾਰਟ ਕੀਤਾ ਹੋਇਆ ਵਾ ਤੇ ਅਸੀਂ ਇਸ ਸੰਬੰਧਕ ਦੀਆਂ ਕਿਸਮਾਂ ਬਾਰੇ ਡਿਸਕਸ ਕਰ ਰਹੇ ਸੀ ਤਾਂ ਸਭ ਤੋਂ ਪਹਿਲਾਂ ਦੇਖੋ ਵਾਕ ਵਿੱਚ ਲਿਓ ਸ਼ਬਦ ਜੋ ਨਾਮ ਜਾਂ ਪੜਨਾਮ ਦੇ ਨਾਲ ਲੱਗ ਕੇ ਉਸ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸਣ ਉਹਨਾਂ ਨੂੰ ਕਿਹਾ ਜਾਂਦਾ ਹੈ ਸੰਬੰਧਕ ਠੀਕ ਹੈ ਹੁਣ ਦੇਖੋ ਫੋਰ ਐਗਜ਼ਾਮਪਲ ਇਹ ਮੋਹਨ ਦਾ ਸਕੂਟਰ ਹੈ ਦੇਖੋ ਇਹ ਮੋਹਨ ਦਾ ਸਕੂਟਰ ਹੈ ਇਹ ਨਾਮ ਮੋਹਨ ਕੀ ਹੈ ਨਾਮ ਤੇ ਨਾਮ ਨਾਲ ਮਿਲ ਕੇ ਉਸ ਦਾ ਸਬੰਧ ਕਿਸੇ ਹੋਰ ਚੀਜ਼ ਨਾਲ ਦਾ ਸਿਰਿਆਵਾ ਸਕੂਟਰ ਨਾਲ ਦਾ ਸਿਰਿਆਵਾ ਤਾਂ ਇਹਨੂੰ ਕਿਸ ਇਸ ਤਰ੍ਹਾਂ ਦੇ ਵਾਕ ਨੂੰ ਬੋਲਦੇ ਆ ਸਬੰਧਕ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਫਿਰ ਤੁਸੀਂ ਦੇਖ ਸਕਦੇ ਹੋ ਇਹ ਉਸ ਦੀਆਂ ਪੁਸਕਤਾ ਹਨ ਤਾਂ ਇਹ ਵੀ ਦੇਖੋ ਇਹ ਕੀ ਹੋ ਗਿਆ ਮਤਲਬ ਇਹ ਉਸ ਦੀਆਂ ਪੁਸਤਕਾਂ ਨੇ ਇਹਦੇ ਵਿੱਚ ਕੀ ਆ ਪੜਨਾਮ ਦੇ ਨਾਲ ਲੱਗਿਆ ਹੋਇਆ ਵਾ ਸੰਬੰਧਕ ਪੜਨਾਮ ਦੇ ਨਾਲ ਜਿਹੜਾ ਸੰਬੰਧਕ ਲੱਗ ਕੇ ਪੁਸਤਕਾਂ ਦਾ ਰਿਲੇਸ਼ਨ ਦਾ ਸਿਰਿਆ ਵਾ ਉਸ ਦੇ ਨਾਲ ਇਸ ਤਰ੍ਹਾਂ ਦੇ ਵਾਕਾਂ ਨੂੰ ਅਸੀਂ ਸੰਬੰਧਕ ਬੋਲਦੇ ਹਾਂ ਫਿਰ ਅਗਿਉਣੀ ਕਿਹਾ ਵਾ ਵੀ ਇਦਾਂ ਦੇ ਵਿੱਚੋਂ ਸੰਬੰਧਕ ਚੁਣੋ ਤਾਂ ਇਹਨਾਂ ਦੇ ਵਿੱਚੋਂ ਸੰਬੰਧਕ ਕਿਹੜੇ ਆ ਦਾ ਦੀ ਦੇ ਦੇ ਨੂੰ ਨਾਲ ਇਹ ਨਾਮ ਜਾਂ ਪੜਨਾਮ ਦੇ ਨਾਲ ਲੱਗ ਕੇ ਇਹ ਵਾਲੇ ਅੱਖਰ ਆਜੋ ਇਹ ਕੀ ਆ ਸਬੰਧਕਦਰ ਸੋਂਦੇ ਆ ਤਾਂ ਇਸ ਕਰਕੇ ਨਾ ਨੂੰ ਸਬੰਧਕ ਬੋਲਾਂਗੇ ਅਸੀਂ ਨੈਕਸਟ ਕੁਐਸਚਨ ਬੰਤਰ ਪੱਖੋਂ ਸਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਹਾਂਜੀ ਬੰਤਰ ਪੱਖੋਂ ਸਬੰਧਕ ਸਾਡੇ ਕੋਲੇ ਆ ਜਿਹੜੇ ਉਹ ਤਿੰਨ ਪ੍ਰਕਾਰ ਦੇ ਹੁੰਦੇ ਆ ਮੂਲ ਸਬੰਧਕ ਦੇਖ ਸਕਦੇ ਹੋ ਤੁਸੀਂ ਟਾਂ ਲਿਖੇ ਹੋਇਆ ਮੂਲ ਸਬੰਧਕ ਸੰਬੰਧ ਸੂਚਕ ਵਿਸ਼ੇਤਰ ਜਾਂ ਫਿਰ ਸੰਧੀ ਸਬੰਧਕ ਸੰਜੋਗਤ ਸਬੰਧਕ ਉਹ ਸਬੰਧਕ ਜਿਹੜੇ ਇੱਕ ਸ਼ਬਦਕ ਵਜੋਂ ਸਤੰਤਰ ਤੇ ਵਿਚਰ ਸਕਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਹਾਂ ਜੇ ਉਹ ਸਬੰਧਕ ਜਿਹੜੇ ਇੱਕ ਸ਼ਬਦਕ ਵਜੋਂ ਸਤੰਤਰ ਤੇ ਵਿਚਰ ਸਕਦੇ ਆ ਉਹਨਾਂ ਨੂੰ ਮੂਲ ਸਬੰਧਕ ਕਿਹਾ ਜਾਂਦਾ ਵਾ ਜਾਨੀ ਕਿ ਇੱਕ ਦੂਜੇ ਦੇ ਵਿੱਚ ਵਿਚਰ ਸਕਦੇ ਆ ਜਿਵੇਂ ਫੋਰ ਐਗਜ਼ਾਮਪਲ ਪਿਤਾ ਨੇ ਪੁੱਤਰ ਨੂੰ ਕਿਹਾ ਇਸ ਦਾ ਸੈਂਟੈਂਸ ਹੋਰ ਵੀ ਬਣ ਸਕਦਾ ਸੀ ਕਿ ਪੁੱਤਰ ਨੇ ਪਿਤਾ ਨੂੰ ਕਿਹਾ ਠੀਕ ਹੈ ਪਿਤਾ ਨੇ ਪੁੱਤਰ ਨੂੰ ਕਿਹਾ ਤੇ ਪੁੱਤਰ ਨੇ ਪਿਤਾ ਨੂੰ ਕਿਹਾ ਇਹ ਇੱਕ ਦੂਜੇ ਦੇ ਵਿੱਚ ਵਿਚਰ ਸਕਦੇ ਆ ਤੇ ਇਹਨਾਂ ਨੂੰ ਅਸੀਂ ਬੋਲਾਂਗੇ ਮੂਲ ਸਬੰਧਕ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਕੋਲਿਸ਼ਨ ਅਸੀਂ ਕਰਦੇ ਹਾਂ ਜੀ ਬਾਕ ਵਿੱਚ ਕਈ ਸ਼ਬਦਾਂ ਦੇ ਪਿਛੇਤਰ ਸਬੰਧਕ ਦਾ ਕੰਮ ਕਰਦੇ ਹਨ ਉਹ ਕਿਹੜੇ ਸਬੰਧਕ ਹੁੰਦੇ ਹਨ ਹਾਂਜੀ ਬਾਕ ਵਿੱਚ ਕਈ ਸ਼ਬਦਾਂ ਦੇ ਪਿਛੇਤਰ ਸਬੰਧਕ ਦਾ ਕੰਮ ਕਰਦੇ ਆ ਉਹ ਸੰਬੰਧ ਸੂਚਕ ਪਿਛੇਤਰ ਜਾਂ ਫਿਰ ਸੰਬੰਧੀ ਸੌਰੀ ਸੰਦੀ ਸਬੰਧਕ ਹੁੰਦੇ ਆ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਂਸਰ ਫਾਰ ਐਗਜ਼ਾਮਪਲ ਉਹ ਸਕੂਲੋਂ ਆਇਆ ਹੁਣ ਇਹਦੇ ਵਿੱਚ ਅਸੀਂ ਕੀ ਕਿਹਾ ਵਾ ਕਿ ਇਹ ਕੀ ਆ ਸੰਬੰਧ ਸੂਚਕ ਪਿਛੇਤਰ ਆ ਮਤਲਬ ਕੀ ਆ ਉਹ ਸਕੂਲੋਂ ਆਇਆ ਦਾ मीनिंग ਤਾਂ ਹੀ ਬਣਦਾ ਨਾ ਕਿ ਉਹ ਸਕੂਲ ਤੋਂ ਆਇਆ ਤਾਂ ਬਾਕ ਦੇ ਵਿੱਚ ਜਿਹੜਾ ਸਕੂਲ ਤੋਂ ਆਇਆ ਇਹ ਪਿਛੇਤਰ ਦਾ ਹੀ ਕੰਮ ਕਰ ਰਿਹਾ ਵਾ ਠੀਕ ਹੈ ਫਿਰ ਉਹ ਦੁਪਹਿਰੇ ਨਹੀਂ ਆਵੇਗਾ ਸੌਰੀ ਥੋਣ ਅਸੀਂ ਘਰੋਂ ਨਹੀਂ ਆਵੇਗਾ ਤਾਂ ਘਰ ਤੋਂ ਘਰੋਂ ਦਾ ਮਤਲਬ ਕੀ ਹੋ ਗਿਆ ਘਰ ਤੋਂ ਤਾਂ ਤੂੰ ਆ ਜੇ ਨਾ ਉਹਨੇ ਪਿਛੇਤਰ ਦਾ ਕੰਮ ਕੀਤਾ ਵੇ ਇਹਦੇ ਵਿੱਚ ਤਾਂ ਇਹਨੂੰ ਅਸੀਂ ਬੋਲਾਂਗੇ ਸੰਬੰਧ ਸੂਚਕ ਪਿਛੇਤਰ ਨੈਕਸਟ ਇੱਕ ਜਾਂ ਵੱਧ ਸੰਬੰਧ ਸੰਬੰਧਕ ਸ਼ਬਦ ਸਤੰਤਰ ਵਿੱਚ ਵਿਚਰ ਕੇ ਪ੍ਰਗਟ ਕਰਨ ਹਾਂਜੀ ਜਦੋਂ ਇੱਕ ਜਾਂ ਇੱਕ ਤੋਂ ਵੱਧ ਸੰਬੰਧਕ ਆ ਜਾਣ ਕਿਸੇ ਸ਼ਬਦ ਦੇ ਵਿੱਚ ਤੇ ਉਹ ਸੰਬੰਧ ਪ੍ਰਗਟ ਕਰਨ ਤਾਂ ਉਹਨਾਂ ਨੂੰ ਅਸੀਂ ਬੋਲਦੇ ਹਾਂ ਸੰਜੋਕਤ ਸੰਬੰਧਕ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਫਾਰ ਐਗਜ਼ਾਮਪਲ ਕਮਰੇ ਦੇ ਵਿੱਚ ਕੁਰਸੀ ਹੈ ਕਮਰੇ ਦੇ ਵਿੱਚ ਕੁਰਸੀ ਹੈ ਹੁਣ ਦੇਖੋ ਇਹਦੇ ਵਿੱਚ ਦੇ ਤੇ ਵਿੱਚ ਦੇ ਤੇ ਵਿੱਚ ਦੋਨੇ ਕੀ ਆ ਸੰਬੰਧਕ ਆ ਇੱਕ ਜਾਂ ਇੱਕ ਤੋਂ ਵੱਧ ਸੰਬੰਧਕ ਵਰਤੇ ਗਏ ਆ ਤਾਂ ਇਹਨਾਂ ਨੂੰ ਅਸੀਂ ਸੰਜੋਗਤ ਸੰਬੰਧਕ ਬੋਲਦੇ ਆ ਠੀਕ ਹੈ ਇਸ ਦੇ ਵਿੱਚ ਦੋ ਸੰਬੰਧਕ ਯੂਜ਼ ਹੋਏ ਆ ਤੇ ਅੱਗੇ ਦੇデア ਰਜ਼ਿੰਦਰ ਦੇ ਕੋਲ ਕਿਤਾਬ ਹੈ ਹੁਣ ਕੀ ਇਹਦੇ ਵਿੱਚ ਵੀ ਦੋ ਸੰਬੰਧਕ ਦੇ ਕੋਲ ਇਹ ਦੋਨੋਂ ਕੀ ਆ ਸੰਬੰਧਕ ਆ ਠੀਕ ਹੈ ਜੇ ਅਸੀਂ ਕੋਲ ਨਾਮ ਪਾਈਏ ਤਾਂ ਰਜ਼ਿੰਦਰ ਦੇ ਕਿਤਾਬ ਨਹੀਂ ਹੈ ਰਜਿੰਦਰ ਦੇ ਕੋਲ ਕਿਤਾਬ ਨਹੀਂ ਹੈ ਸੌਰੀ ਮੈਂ ਪਹਿਲਾਂ ਬੋਲਦਾ ਹੈ ਚਲੋ ਨਹੀਂ ਹੈ ਜਾਂ ਹੈ ਇਹਦਾ ਕੋਈ ਗੱਲ ਆ ਬਸ ਇੱਥੋਂ ਸਮਝੋ ਤੁਸੀਂ ਦੇ ਕੋਲ ਰਜਿੰਦਰ ਦੇ ਕੋਲ ਕਿਤਾਬ ਨਹੀਂ ਹੈ ਦੇਖੋ ਜਿਵੇਂ ਵਿੱਚੋਂ ਕੋਲ ਕੱਟ ਦਵਾ ਕੱਲਾ ਦੇ ਪਾਵਾਂ ਤਾਂ ਫਿਰ ਤਾਂ ਇਹ ਕਿਹੜੀ ਸਿੰਪਲ ਹੈ ਜੁਲ ਕੋਈ ਕਿਹੜੀ ਟਾਈਪ ਰੈਜ਼ ਹੋ ਗਈ ਵੈਸੇ ਤਾਂ ਸੈਂਟੈਂਸ ਹੀ ਨਹੀਂ ਬਣਨਾ ਕੰਪਲੀਟਲੀ ਨੈਕਸਟ ਕੁਐਸ਼ਨ ਅਸੀਂ ਕਰਦੇ ਆਂ ਰੂਪ ਦੇ ਆਧਾਰ ਤੇ ਸਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਆਂ ਜੀ ਰੂਪ ਦੇ ਆਧਾਰ ਤੇ ਸਬੰਧਕ ਆ ਜਿਹੜੇ ਦੋ ਪ੍ਰਕਾਰ ਦੇ ਹੁੰਦੇ ਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਕਿਹੜੇ-ਕਿਹੜੇ ਹੁੰਦੇ ਆਂ ਵਿਕਾਰੀ ਅਤੇ ਅਵਕਾਰੀ ਠੀਕ ਹੈ ਤੇ ਫਿਰ ਅਸੀਂ ਦੇ ਦੇ ਆਂ ਅੱਗੇ ਇਹਨਾਂ ਨੂੰ ਬਾਈ ਡੈਫੀਨੇਸ਼ਨ ਜਿਹੜੇ ਸਬੰਧ ਕੀ ਸ਼ਬਦ ਆਪਣਾ ਰੂਪ ਬਦਲ ਲੈਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਕਾਰੀ ਕਿਹਾ ਜਾਂਦਾ ਹੈ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਜਿਹੜਾ ਦਾ ਰੂਪ ਬਦਲਦੇ ਆ ਉਹਨਾਂ ਨੂੰ ਕੀ ਕਹਿੰਦਾ ਵਿਕਾਰੀ ਕਿਹਾ ਜਾਂਦਾ ਵਾ ਠੀਕ ਹੈ ਅਤੇ ਜਿਵੇਂ ਫੋਰ ਐਗਜ਼ਾਮਪਲ ਦੇਖ ਲੈਂਦੇ ਆ ਅਸੀਂ ਉਸ ਦਾ ਉਸ ਦੇ ਉਸ ਦੀਆਂ ਉਸ ਦੀਆਂ ਆਦ ਠੀਕ ਹੈ ਕਹਿੰਦਾ ਵੀ ਜਦੋਂ ਇਹ ਆਪਦਾ ਰੂਪ ਬਦਲ ਲੈਂਦੇ ਆ ਉਦੋਂ ਇਹਨਾਂ ਨੂੰ ਕੀ ਕਿਹਾ ਜਾਂਦਾ ਵਾ ਵਿਕਾਰੀ ਕਿਹਾ ਜਾਂਦਾ ਜਿਵੇਂ ਉਸ ਦਾ ਭਰਾ ਫੌਜੀ ਹੈ ਠੀਕ ਹੈ ਉਸ ਦਾ ਭਰਾ ਫੌਜੀ ਹੈ ਤੇ ਫਿਰ ਤੁਹਾਨੂੰ ਦੇਖੋ ਇੱਥੇ ਤਾਂ ਅਸੀਂ ਕਹਤਾ ਕਿ ਉਸ ਦਾ ਭਰਾ ਫੌਜੀ ਹੈ ਅਸੀਂ ਇਹ ਵੀ ਤਾਂ ਕਹਿ ਸਕਦੇ ਹਾਂ ਉਸ ਦੇ ਭਰਾ ਫੌਜੀ ਹੈ ਕੀ ਪਤ ਹੈ ਉਸ ਦੇ ਦੋ ਭਰਾ ਹੋਣ ਦੋਨੇ ਫੌਜੀ ਹੋਣ ਠੀਕ ਹੈ ਇਹ ਵੀ ਕਹਿ ਸਕਦੇ ਹਾਂ ਉਸ ਦੀਆਂ ਭੈਣਾਂ ਫੌਜਣਾ ਹਨ ਉਸ ਦੀਆਂ ਭੈਣਾਂ ਫੌਜਣਾ ਹਨ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਜਿਹੜੇ ਆਪਣਾ ਰੂਪ ਬਦਲ ਲੈਂਦੇ ਆ ਨੈਕਸਟ ਦਾ ਕੋਲ ਨਾਲ ਵਿੱਚ ਨੇੜੇ ਪਾਸ ਆਦ ਕਿਹੜੇ ਸੰਬੰਧਕ ਆ ਹਾਂਜੀ ਇਹ ਸਾਰੇ ਵਿਕਾਰੀ ਸੰਬੰਧਕ ਆ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਉਹ ਸੰਬੰਧਕੀ ਸ਼ਬਦ ਜਿਹੜੇ ਆਪਣਾ ਰੂਪ ਨਹੀਂ ਬਦਲਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਜਿਹੜੇ ਆਪਦਾ ਰੂਪ ਨਹੀਂ ਬਦਲਦੇ ਉਹਨਾਂ ਨੂੰ ਅ ਵਿਕਾਰੀ ਕਿਹਾ ਜਾਂਦਾ ਹੈ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅ ਵਿਕਾਰੀ ਕਿਹਾ ਜਾਂਦਾ ਹੈ ਤੇ ਅ ਵਿਕਾਰੀ ਕਿਹੜੇ-ਕਿਹੜੇ ਹੁੰਦੇ ਨੇ ਨੇ ਨੂੰ ਉਹ ਰਾਹੀ ਲਈ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਦੇ ਵਿੱਚ ਉਹਨੇ ਪੁੱਛਿਆ ਨੇ ਨੂੰ ਤੋਂ ਰਾਹੀ ਲਈ ਕਿਹੜੇ ਸਬੰਧ ਹਨ ਮੈਂ 올ਰੇਡੀ ਦੱਸ ਚੁੱਕੀ ਆ ਆਪਿਕਾਰੀ ਆਪਸ਼ਨ ਨੰਬਰ ਬੀ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਆਂ ਬੰਤਰ ਅਤੇ ਰੂਪ ਤੋਂ ਬਿਨਾ ਸਬੰਧਕ ਦੀਆਂ ਹੋਰ ਕਿੰਨੀਆਂ ਕਿਸਮਾਂ ਦੇਖੋ ਅਸੀਂ ਕਿਹਾ ਸੀ ਕਿ ਬੰਤਰ ਦੇ ਪੱਖੋਂ ਸਬੰਧਕ ਤਿੰਨ ਹੁੰਦੇ ਆ ਮੂਲ ਸਬੰਧਕ ਸੰਧੀ ਸਬੰਧਕ ਤੇ ਸੰਜੋਗਤ ਸਬੰਧਕ ਠੀਕ ਹੈ ਰੂਪ ਦੇ ਪੱਖੋਂ ਅਸੀਂ ਬੋਲਿਆ ਕਿ ਦੋ ਹੁੰਦੇ ਆ ਵਿਕਾਰੀ ਅਤੇ ਅਵਕਾਰੀ ਹੋਰ ਉਹਨੇ ਪੁੱਛਿਆ ਕਿ ਇਸ ਤੋਂ ਬਿਨਾ ਵੀ ਕੋਈ ਹੋਰ ਕਿਸਮਾਂ ਹਨ ਹਾਂਜੀ ਬਿਲਕੁਲ ਹਨ ਤਿੰਨ ਕਿਸਮਾਂ ਇਸ ਦੀਆਂ ਕਿਹੜੀਆਂ-ਕਿਹੜੀਆਂ ਨੇ ਪੂਰਣ ਸਬੰਧਕ ਅਪੂਰਣ ਸੰਬੰਧਕ ਮਿਸ਼ਰਤ ਸੰਬੰਧਕ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਮਿਸ਼ਰਤ ਨੂੰ ਅਸੀਂ ਹੋਰ ਵੀ ਬੋਲਦੇ ਹਾਂ ਦੁਵਾਜਰੇ ਸੰਬੰਧਕ ਠੀਕ ਹੈ ਹੁਣ ਅੱਗੇ ਅਸੀਂ ਵਾਈ ਡੈਫੀਨੇਸ਼ਨ ਐਮਸੀਕਿਊ ਦੇ ਵਿੱਚ ਡਿਸਕਸ ਕਰ ਲੈਣੇ ਆ ਉਹ ਸ਼ਬਦ ਜਿਹੜੇ ਬਾਕ ਵਿੱਚ ਇਕੱਲਿਆਂ ਹੀ ਹੋਰ ਨਾਲ ਸ਼ਬਦਾਂ ਨਾਲ ਸੰਬੰਧ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਉਹ ਸ਼ਬਦ ਜਿਹੜੇ ਬਾਕ ਦੇ ਵਿੱਚ ਇਕੱਲਿਆਂ ਹੀ ਹੋਰ ਨਾਲ ਸ਼ਬਦਾਂ ਨਾਲ ਸੰਬੰਧ ਦੱਸਦੇ ਆ ਉਹਨਾਂ ਨੂੰ ਕਿਹਾ ਜਾਂਦਾ ਹੈ ਅਪੂਰਣ ਸਬੰਧਕ ਸੌਰੀ ਉਹਨਾਂ ਨੂੰ ਪੂਰਣ ਕਿਹਾ ਜਾਂਦਾ ਵਾ ਜਿਹੜੇ ਇਕੱਲਿਆਂ ਹੀ ਹੋਰ ਨਾਲ ਸ਼ਬਦਾਂ ਦੇ ਨਾਲ ਸਬੰਧ ਦੱਸਣ ਉਹਨਾਂ ਨੂੰ ਪੂਰਣ ਸਬੰਧਕ ਕਹਿੰਦੇ ਆ ਠੀਕ ਹੈ ਫੋਰ ਐਗਜ਼ਾਮਪਲ ਗੁਰਚਰਨ ਨੇ ਭਾਸ਼ਣ ਦਿੱਤਾ ਇਹ ਕੀ ਆ ਕਿ ਇਕੱਲਿਆਂ ਹੀ ਹੋਰ ਨਾਲ ਸ਼ਬਦਾਂ ਨਾਲ ਸਬੰਧ ਦੱਸਦੇ ਆ ਮਤਲਬ ਗੁਰਚਰਨ ਨੇ ਭਾਸ਼ਣ ਦਿੱਤਾ ਗੁਰਚਰਨ ਦਾ ਭਾਸ਼ਣ ਦੇ ਨਾਲ ਸਬੰਧ ਦੱਸ ਰਿਹਾ ਇਕੱਲਾ ਹੀ ਦੱਸ ਰਿਹਾ ਤਾਂ ਇਹਨੂੰ ਅਸੀਂ ਬੋਲਾਂਗੇ ਪੂਰਣ ਸਬੰਧਕ ਨੈਕਸਟ ਜਿਹੜੇ ਸ਼ਬਦ ਇਕੱਲਿਆਂ ਸਬੰਧਕ ਦਾ ਕੰਮ ਨਾ ਦੇ ਕੇ ਦੇ ਸਕਣ ਤੇ ਬਾਕ ਦੇ ਭਾਵ ਪ੍ਰਗਟ ਕਰਨ ਲਈ ਕਿਸੇ ਹੋਰ ਸਬੰਧਕ ਦੀ ਲੋੜ ਪਵੇ। ਹਾਂਜੀ ਦੇਖੋ ਧਿਆਨ ਨਾਲ ਸਮਝੋ ਜਿਹੜੇ ਸ਼ਬਦ ਇਕੱਲਿਆਂ ਸਬੰਧਕ ਦਾ ਕੰਮ ਨਾ ਦੇ ਸਕਣ ਤੇ ਬਾਕ ਦੇ ਭਾਵ ਪ੍ਰਗਟ ਕਰਨ ਲਈ ਹੋਰ ਸਬੰਧਕਾਂ ਦੀ ਸਹਾਇਤਾ ਦੀ ਲੋੜ ਪਵੇ ਉਹਨਾਂ ਨੂੰ ਅਸੀਂ ਕਹਿੰਦੇ ਆ ਅਪੂਰਣ ਸਬੰਧਕ। ਆਪਸ਼ਨ ਨੰਬਰ B ਇਜ਼ ਅ ਰਾਈਟ ਆਨਸਰ। অপশন নাম্বার B ইজ দা রাইট আনসার ফর एग्जांपल ਸਾਡਾ ਘਰ ਸਕੂਲ ਦੇ ਕੋਲ ਹੈ ਦੇਖੋ ਇਹਦੇ ਵਿੱਚ ਵੀ ਦੋ ਹੋਗੇ ਨਾ ਸੰਬੰਧਕ ਸਾਡਾ ਘਰ ਕੀ ਆ ਸਕੂਲ ਦੇ ਕੋਲ ਆ پولیس ਦੇ ਸਾਹਮਣੇ ਚੋਰ ਡਰ ਗਿਆ ਇਸ ਦੇ ਵਿੱਚ ਵੀ ਦੋ ਆਗੇ پولیس ਦੇ ਸਾਹਮਣੇ ਚੋਰ ਡਰ ਗਿਆ ਦੇ ਸਾਹਮਣੇ ਕੀ ਆ ਦੇ ਸਾਹਮਣੇ ਇਸ ਦੇ ਵਿੱਚ অপੂਰਕ ਸੰਬੰਧਕ नेक्स्ट ਕੁਐਸਚਨ ਜਿਹੜੇ ਸ਼ਬਦ ਕਦੇ ਪੂਰਨ ਤੇ ਕਦੇ ਅਪੂਰਨ ਹੋਣ ਉਹਨਾਂ ਨੂੰ ਕੀ ਕਹਿੰਦੇ ਆ ਹਾਂਜੀ ਜਿਹੜੇ ਪੂਰਣ ਕਦੇ ਤਾਂ ਪੂਰਣ ਹੋਣ ਤੇ ਕਦੇ ਆਪੂਰਣ ਹੋਣ ਉਹਨਾਂ ਨੂੰ ਅਸੀਂ ਕਹਿੰਦੇ ਆ ਮਿਸ਼ਰਤ ਦੋਨਾਂ ਨੂੰ ਹੀ ਮਿਲ ਜਾਂਦੇ ਆ ਆਪਸ਼ਨ ਨੰਬਰ ਸੀ ਇਸ ਹੈ ਰਾਈਟ ਆਨਸਰ ਇਸ ਨੂੰ ਦੁਬਾਜ਼ਰੇ ਵੀ ਬੋਲਦੇ ਆ ਠੀਕ ਹੈ ਫਾਰ ਐਗਜ਼ਾਮਪਲ ਹਰਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿੱਚਕਾਰ ਹੈ ਹਰਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿੱਚਕਾਰ ਹੈ ਇਹ ਤੁਸੀਂ ਯਾਦ ਰੱਖਣਾ ਇੱਥੇ ਸੰਬੰਧਕ ਕਿਹੜਾ ਯੂਜ਼ ਹੋਇਆ ਵਾ ਦੇ ਵਿੱਚਕਾਰ ਠੀਕ ਹੈ ਜੀ ਨੈਕਸਟ ਕੁਐਸ਼ਨ ਜਿਹੜਾ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਵਾਂਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ ਉਸ ਨੂੰ ਕੀ ਕਹਿੰਦੇ ਆ ਹਾਂਜੀ ਹੁਣ ਨੈਕਸਟ ਟਾਪਿਕ ਤੁਹਾਡਾ ਸ਼ੁਰੂ ਹੋ ਚੁੱਕਿਆ ਹੈ ਜਿਹੜਾ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ ਬਸ ਇਹ ਯਾਦ ਰੱਖੋ ਜਿਹੜਾ ਸ਼ਬਦ ਦੋ ਵਾਕਾਂ ਨੂੰ ਜੋੜੇ ਜਾਂ ਦੋ ਸ਼ਬਦਾਂ ਨੂੰ ਜੋੜੇ ਉਹਨੂੰ ਅਸੀਂ ਯੋਜਕ ਬੋਲਦੇ ਆ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਕਦੇ ਵੀ ਸੰਬੰਧਕ ਨਾ ਲਾ ਕੇ ਆਉਣਾ ਬਹੁਤ ਸਾਰੇ ਸਟੂਡੈਂਟਸ ਸੰਬੰਧਕ ਲਾਉਂਦੇ ਆ ਫਾਰ ਐਗਜ਼ਾਮਪਲ ਜਿਹੜਾ ਸ਼ਬਦ ਦੋ ਦੇਖੋ ਅਸੀਂ ਬੋਲਿਆ ਕਿ ਦੋ ਸ਼ਬਦਾਂ ਨੂੰ ਜੋੜੇ ਜਾਂ ਦੋ ਵਾਕਾਂ ਨੂੰ ਜੋੜੇ ਫੋਰ ਐਗਜ਼ਾਮਪਲ ਮੋਹਨ ਅਤੇ ਸੋਹਣ ਗੈਰ ਹਾਜ਼ਰ ਹਨ ਦੇਖੋ ਇਸ ਦੇ ਵਿੱਚ ਕੀ ਆ ਕਿ ਇਹ ਦੋ ਵਾਕਾਂ ਦੋ ਸ਼ਬਦਾਂ ਨੂੰ ਜੋੜ ਰਿਹਾ ਦੋ ਨਾਵਾਂ ਨੂੰ ਜੋੜ ਰਿਹਾ ਤਾਂ ਇਹਦੇ ਵਿੱਚੋ ਕੀ ਆ ਮੋਹਨ ਅਤੇ ਸੋਹਣ ਗੈਰ ਹਾਜ਼ਰ ਆ ਅਤੇ ਕੀ ਆ ਯੋਜਕ ਦਾ ਕੰਮ ਕਰ ਰਿਹਾ ਵਾ ਨੈਕਸਟ ਯੋਜਕ ਚੁਣੋ ਹਾਂਜੀ ਇਹਨਾਂ ਦੇ ਵਿੱਚੋ ਕਿਹੜੇ ਸ਼ਬਦਾਂ ਜਿਹੜੇ ਦੋ ਨੂੰ ਜੋੜ ਸਕਦੇ ਆ ਤੇ ਅਤੇ ਪਰ ਕਿਉਂਕਿ ਜੇੜਾ ਐਸੇ অপਸ਼ਨ ਨੰਬਰ এ ਇਜ਼ ਦਾ ਰਾਈਟ ਆਨਸਰ ਫੋਰ ਐਗਜ਼ਾਮਪਲ ਜੇ ਅਸੀਂ ਗੱਲ ਕਰੀਏ ਅਤੇ ਦੀ RAM ਅਤੇ SHAM ਇਕੱਠੇ ਸਕੂਲ ਜਾਂਦੇ ਹਨ ਜੇ ਅਸੀਂ ਗੱਲ ਕਰੀਏ ਆ ਪਰ ਦੀ SHAM ਸੁਭਾ ਖੇਡਦਾ ਹੈ ਪਰ SHAM ਨੂੰ ਪੜਦਾ ਹੈ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣ ਜਾਇਕ ਲੋ SHAM ਸੁਭਾ ਪੜਦਾ ਹੈ ਪਰ SHAM ਨੂੰ ਖੇਡਦਾ ਹੈ ਠੀਕ ਹੈ ਜੇ ਅਸੀਂ ਗੱਲ ਕਰੀਏ ਕਿਉਂਕਿ ਦੀ ਸਾਮ ਸਵੇਰੇ ਪੜਦਾ ਏ ਕਿਉਂਕਿ ਸਾਮ ਪੜਦਾ ਏ ਕਿਉਂਕਿ ਉਹ ਪੁਲਿਸ ਵਾਲਾ ਬਣਨਾ ਚਾਹੁੰਦਾ ਏ ਠੀਕ ਹੈ ਜੇਕਰ ਅਸੀਂ ਗੱਲ ਕਰੀਏ ਜਿਹੜਾ ਦੀ ਉਹ ਉਹੀ ਆਦਮੀ ਆ ਜਿਹੜਾ ਆਪਾਂ ਕੱਲ ਸ਼ਿਕਾਰ ਕਰ ਰਿਹਾ ਦੇਖਿਆ ਸੀ ਠੀਕ ਹੈ ਇਸ ਤਰ੍ਹਾਂ ਦੇ ਸ਼ਬਦ ਤੁਸੀਂ ਦੇਖ ਸਕਦੇ ਹੋ ਕਿ ਸਵੰਧਕ ਦਾ ਕੰਮ ਕਰ ਸੌਰੀ ਯੋਜਕ ਦਾ ਕੰਮ ਕਰਦੇ ਆ ਦੋ ਵਾਕਾਂ ਨੂੰ ਜੋੜਦੇ ਆ ਜਿਵੇਂ ਉਹ ਉਹੀ ਆਦਮੀ ਆ ਜਿਹੜਾ ਆਪਾਂ ਕੱਲ ਦੇਖਿਆ ਸੀ ਤਾਂ ਆਪਾਂ ਇਦਾਂ ਆਮ ਵੀ ਤਾਂ ਬੋਲਦੇ ਆ ਨਾ ਉਹੀ ਆਦਮੀ ਆ ਜਿਹੜਾ ਆਪਾਂ ਕੱਲ ਉੱਥੇ ਦੇਖਿਆ ਸੀ ਤਾਂ ਇਹਨੂੰ ਕੀ ਬੋਲਾਂਗੇ ਆਪਾਂ ਜਿਹੜਾ ਜਿਹੜਾ ਵਾ ਜਿਹੜਾ ਕੀ ਹੋ ਗਿਆ ਯੋਜਕ ਦਾ ਕੰਮ ਕਰ ਰਿਹਾ ਦੋ ਸ਼ਬਦ ਬਣਾਤੇ ਨੇ ਉਹੀ ਆਦਮੀ ਆ ਜਿਹੜਾ ਕੱਲ ਦੇਖਿਆ ਸੀ ਠੀਕ ਹੈ ਯੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਆ ਹਾਂਜੀ ਯੋਜਕ ਦੋ ਪ੍ਰਕਾਰ ਦੇ ਹੁੰਦੇ ਆ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਯੋਜਕ ਦੇ ਵਿੱਚੋਂ ਬਹੁਤ ਕੁਐਸ਼ਨ ਪੁੱਛੇ ਜਾਂਦੇ ਆ ਯੋਜਕ ਦੋ ਪ੍ਰਕਾਰ ਦੇ ਹੁੰਦੇ ਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਕਿਹੜੇ ਕਿਹੜੇ ਸਮਾਨ ਯੋਜਕ ਅਤੇ ਅਧੀਨ ਯੋਜਕ ਅੱਗੇ ਅਸੀਂ ਬਾਈ ਡੈਫੀਨੇਸ਼ਨ ਐਮਸੀਕਿਊ ਦੇ ਵਿੱਚ ਦੇਖ ਲੈਨੇ ਆ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦ ਵਾਕਾਂ ਨੂੰ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦ ਜਿਹੜੇ ਬਰਾਬਰ ਦੇ ਸ਼ਬਦ ਹੁੰਦੇ ਹਨ ਉਹਨੂੰ ਬਰਾਬਰ ਨਹੀਂ ਤਾਂ ਅਸੀਂ ਸਮਾਨ ਬੋਲਦੇ ਐਕੁਇਵਲੈਂਟ ਬੋਲਦੇ ਹਾਂ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਵਾਕਾਂ ਨੂੰ ਜੋੜਨ ਉਹਨਾਂ ਨੂੰ ਬੋਲਦੇ ਹਾਂ ਸਮਾਨਯੋਜਕ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਫਾਰ ਐਗਜ਼ਾਮਪਲ ਮੋਹਨ ਅਤੇ ਸੋਵਣ ਗੈਰ ਹਾਜ਼ਰ ਹਨ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਆ ਹੁਣ ਦੇਖੋ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਪੰਜਾਬ ਅਤੇ ਹਰਿਆਣਾ ਦੋਵੇਂ ਕੀ ਆ ਸਟੇਟ ਆ ਰਾਜ ਆ ਦੋਵੇਂ ਹੀ ਜਾਨੀ ਕਿ ਦੋਵੇਂ ਹੀ ਸਮਾਨ ਆ ਦੋਨਾਂ ਦੀ ਜਿਹੜੀ ਪੋਜੀਸ਼ਨ ਆ ਦੋਨਾਂ ਸਮਾਨ ਆ ਦੋਨੋਂ ਹੀ ਸਟੇਟ ਆ ਤਾਂ ਇਹ ਚੰਡੀਗੜ੍ਹ ਦੋਨਾਂ ਦੀ ਰਾਜਧਾਨੀ ਆ ਤਾਂ ਇੱਥੇ ਕੀ ਹੋ ਗਿਆ ਕਿ ਇਹ ਸਮਾਨ ਯੋਜਕ ਦਾ ਕੰਮ ਕਰ ਰਿਹਾ ਠੀਕ ਹੈ ਜੀ ਦੋਨਾਂ ਸਮਾਨ ਚੀਜ਼ਾਂ ਦੇ ਵਿੱਚ ਦਾ ਸਰੇਆ ਜਿਵੇਂ ਹੁਣ ਮੋਹਨ ਤੇ ਸੋਹਣ ਲਾ ਲੋ ਇਹ ਦੋਨੋਂ ਵਿਦਿਆਰਥੀ ਆ ਠੀਕ ਹੈ ਦੋਵੇਂ ਸਮਾਨ ਹੋਏ ਚ ਵਿਦਿਆਰਥੀ ਆ ਤਾਂ ਤਾਂ ਇਹ ਸਮਾਨ ਯੋਜਿਕ ਜੋਜਨ ਦਾ ਕੰਮ ਕਰ ਰਹੀ ਆ ਆਪਸ਼ਨ ਨੰਬਰ ਏ ਇਜ਼ ਆ ਰਾਈਟ ਆਨਸਰ ਇਸ ਦੇ ਵਿੱਚ ਠੀਕ ਹੈ ਐਗਜ਼ਾਮਪਲ ਵੀ ਮੈਂ ਤੁਹਾਨੂੰ ਦੱਸਦੀ ਨੈਕਸਟ ਆ ਸਮਾਨ ਯੋਜਿਕ ਦੀ ਅੱਗੇ ਹੋਰ ਕਿੰਨੀਆਂ ਕਿਸਮਾਂ ਹਨ ਹਾਂਜੀ ਸਮਾਨ ਯੋਜਿਕ ਦੀ ਅੱਗੇ ਹੋਰ ਕਿੰਨੀਆਂ ਕਿਸਮਾਂ ਨੇ ਸਮਾਨ ਯੋਜਿਕ ਦੀ ਅੱਗੇ ਚਾਰ ਕਿਸਮਾਂ ਨੇ ਆਪਸ਼ਨ ਨੰਬਰ ਸੀ ਇਜ਼ ਆ ਰਾਈਟ ਆਨਸਰ ਕਿਹੜੀਆਂ-ਕਿਹੜੀਆਂ ਨੇ ਸਮਾਨ ਯੋਜਕ ਦੀਆਂ ਕਿਸਮਾਂ ਸਮੁੱਚੀ ਸਮਾਨ ਯੋਜਕ ਵਿਕਲਪੀ ਸਮਾਨ ਯੋਜਕ ਨਿਖੇਦੀ ਜਾਂ ਸਮਾਨ ਯੋਜਕ ਅਤੇ ਕਾਰਜਬੋਧਕ ਸਮਾਨ ਯੋਜਕ ਹਾਂਜੀ ਅੱਜ ਦੇ ਲਈ ਇੰਨਾ ਹੀ ਕਾਫੀ ਆ ਕੱਲ ਅਸੀਂ ਸਮਾਨ ਯੋਜਕ ਦੀਆਂ ਕਿਸਮਾਂ ਬਾਰੇ ਡਿਸਕਸ ਕਰਾਂਗੇ ਠੀਕ ਹੈ ਜੀ ਤੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ